ਠੀਕ ਆ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਆਰ ਚੈਨਲ। ਹੋਪ ਕਰਦਾ ਗਾ ਤੁਸੀਂ ਸਾਰਿਆਂ ਨੇ ਵਧੀਆ ਹੋਗੇ, ਘੈਂਟ ਹੋਗੇ ਤੇ ਚਿੱਲ ਹੋਗੇ ਤੇ ਹੋਣਾ ਵੀ ਚਾਹੀਦਾ ਵਾ। ਤੇ ਅੱਜ ਦਾ ਵਲੋਗ ਬੜਾ ਹੀ ਘੈਂਟ ਵਲੋਗ ਹੈਗਾ, ਤੁਸੀਂ ਤੁਹਾਨੂੰ ਪਤਾ ਲੱਗ ਹੀ ਗਾ ਨਾ ਕੀ ਵਲੋਗ ਹੋਣਾ ਵੈਸੇ ਤੇ ਥੰਬਨੇਲ ਤੋਂ। ਤੇ ਅੱਜ ਦਾ ਵਲੋਗ ਹੈਗਾ ਆਪਾਂ ਫੇਰਾ ਪਾਉਣ ਜਾਣਾ, ਕੀ ਕਹਿੰਦੇ ਵੀਰੇ ਵਲੋਗ ਨੂੰ ਉਹ? ਮੈਨੂੰ ਵੈਸੇ ਪਤਾ ਤਾਂ ਨਹੀਂ ਫੇਰਾ ਪਾਉਣਾ ਹੀ ਕਹਿੰਦਾ। ਪੱਗ ਫੇਰਾ। ਹਾਂਜੀ ਕਿਹੜਾ ਪੱਗ ਫੇਰਾ? ਕਿਹੜਾ ਫੇਰਾ? ਪਾ ਫੇਰਾ ਪਾਉਣ ਚੱਲੇ ਆ। ਕਿਹੜਾ ਫੇਰਾ ਪਾਉਣ ਜਾਣਾ? ਹਾਂ ਫੇਰਾ ਪਾਉਣ ਜਾਣਾ ਵਾ ਹੁਣ। ਤੇ ਮੈਂ ਤੇ ਰੈਡੀ ਹੋ ਚੁੱਕਿਆ ਤੇ ਸਾਹਿਬ ਵੀ ਰੈਡੀ ਆ, ਮੰਮੀ ਡੈਡੀ ਵੀ ਰੈਡੀ ਆ। ਉਹਨਾਂ ਨੇ ਲੋ ਜੀ ਕਿੰਨੀ ਛੇਤੀ ਭੱਜੀ ਭੱਜੀ ਆਈ। ਤੇ ਐਂਜਲ ਵੀ ਰੈਡੀ ਹੋ ਚੁੱਕੀ ਆ। ਤੇ ਹੁਣ ਆਪਾਂ ਬਸ ਥੋੜੀ ਦੇਰ ਚ ਨਿਕਲਣ ਲੱਗੇ ਆ। ਮੰਮੀ ਡੈਡੀ ਹੁਣ ਰੈਡੀ, ਡੈਡੀ ਸੱਚ ਰੈਡੀ ਹੋ ਗਏ ਆ, ਮੰਮਾ ਰੈਡੀ ਹੋਣ ਦੇ ਆ। ਤੇ ਹਮੇਸ਼ਾ ਤੁਹਾਨੂੰ ਪਤਾ ਕੁੜੀਆਂ ਲੇਟ ਕਰਦੀਆਂ ਐਰ ਕੀ, ਪਰ ਐਂਜਲ ਜਲਦੀ ਤਿਆਰ ਹੋ ਗਈ, ਸਿਰਫ ਮੰਮਾ ਲੇਟ ਕਰਾਉਂਦੇ ਆ। ਤੇ ਪਿਛਲਾ ਵਲੋਗ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਤੇ ਆਹ ਵਾਲੇ ਵਲੋਗ ਨੂੰ ਵੀ ਤੁਸੀਂ ਉਸ ਤੋਂ ਵੱਧ ਪਿਆਰ ਦਿਓ। ਜਿੰਨਾ ਹੋ ਸਕੇ ਲਾਈਕ ਮੈਂ ਸ਼ੇਅਰ ਜ਼ਰੂਰ ਕਰਿਓ ਤੇ ਸਪੋਰਟ ਜ਼ਰੂਰ ਕਰਿਓ। ਤੇ ਚਲੀਏ ਚਲੀਏ ਚਲੋ। ਓਕੇ ਐਂਜਲ ਨੂੰ ਭਾਬੀ ਨੇ ਤਿਆਰ ਕੀਤਾ ਹੋਇਆ ਪੂਰਾ, ਭਾਬੀ ਬਹੁਤ ਵਧੀਆ ਰੈਡੀ ਕੀਤਾ ਜੇ। ਵੈਸੇ ਇਹਨੂੰ ਆਪ ਨੂੰ ਆਉਂਦਾ ਨਹੀਂ ਵੈਸੇ ਰੈਡੀ ਹੋਣਾ, ਪਹਿਲੀ ਵਾਰੀ ਤਾਂ ਰੈਡੀ ਹੋਈ ਆ। ਦਿਖਾ ਦੇ ਦੇ ਹੁਣ ਤੇ, ਹੁਣ ਤੇ ਘੱਟ ਬੇਇੱਜ਼ਤੀ ਕਰਿਆ ਕਰ ਯਾਰ। ਹੁਣ ਤੇ ਵੇਖੋ ਬੇਇੱਜ਼ਤੀ ਨਹੀਂ ਮੈਂ ਕੀਤੀ, ਮੈਂ ਸਿਰਫ ਇੱਧਰ ਆਪ ਲਾ ਲਿਆ। ਮੈਂ ਕਿਹਾ ਹੁਣ ਤੇ ਵਿਆਹ ਹੋ ਗਿਆ, ਹੁਣ ਤੇ ਬੇਇੱਜ਼ਤੀ ਨਾ ਕਰਿਆ ਕਰ ਕੁੜੀ। ਯਾਰ ਵੇਖ ਬੇਇੱਜ਼ਤੀ ਨ਀ ਮੈਂ ਕੀਤੀ ਉਹਦੀ, ਤੇ ਇਹ ਕਿਹੜੀ ਇੱਜ਼ਤ ਹੋਈ? ਜੋ ਗੱਲ ਹੈਗੀ ਆ ਸੱਚ ਦੱਸੀ ਆ। ਉਹਨੂੰ ਇੰਨਾ ਤਿਆਰ ਨਹੀਂ ਹੋਣਾ ਆਉਂਦਾ ਕਿਉਂਕਿ ਉਹਨੇ ਪਹਿਲੀ ਵਾਰੀ ਤੇ ਹੋਈ ਇੰਨਾ ਤਿਆਰ, ਮੇਕਅਪ ਕੀਤਾ ਪਹਿਲਾਂ ਨਹੀਂ ਕਰਦੀ ਸੀ। ਪਹਿਲਾਂ ਉਹਦਾ ਵਿਆਹ ਥੋੜਾ ਆਇਆ ਸੀ, ਪਹਿਲਾਂ ਸਿਰ ਲਿਪਸਟਿਕ ਲਾਉਂਦੀ ਸੀ। ਵੇਖੋ ਮੰਮੀ ਵੀ ਰੈਡੀ ਹੋ ਚੁੱਕੇ ਆ ਤੇ ਪਾਪਾ ਵੀ ਰੈਡੀ ਹੋ ਚੁੱਕੇ ਆ ਤੇ ਸਾਹਿਬ ਤੇ ਚੱਲ ਨਹੀਂ ਰੈਡੀ ਹੈਗਾ। ਇੱਧਰ ਦੇਖੋ, ਇੱਧਰ ਦੇਖ। ਚਲੋ ਚਲੋ ਚਲੀਏ ਸ਼ੋਕੀ ਮਾਮਾ ਜੀ। ਚਲੋ ਮਾਮਾ ਜੀ ਦਾ। ਹਾਂਜੀ ਇੱਧਰ ਦੇਖ, ਰਹਿੰਦੇ ਰਹਿੰਦੇ ਸੋਹਣੀ ਲੱਗਦਾ ਪਿਆ ਇਹ। ਇਹ ਸੂਟ ਵੀ ਨਵਾਂ ਪਾਇਆ, ਐ ਜੁੱਤੀ ਚੈੱਕ ਕਰੋ। ਮੈਂ ਤੁਹਾਨੂੰ ਪਤਾ ਪੁਰਾਣੇ ਇੱਕੋ ਸ਼ੂਜ਼ ਹੁੰਦੇ ਮੇਰੇ ਕੋ, ਡਾਇਮੰਡ ਲੱਗੇ ਚੱਲ ਕੋਈ ਨਾ ਵੀਰ, ਹੌਸਲਾ ਹੀ ਆ ਸਟਾਰਟਿੰਗ ਚੱਲ 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 ਆਇਆ ਤੁਸੀਂ? ਚੱਲ ਮੈਂ ਚੱਲ। ਲੈਟਸ ਗੋ। ਚੱਪਲ ਤੇ ਪਾ ਲਓ, ਇੱਕ ਮਿੰਟ ਗੱਡੀ ਬਾਹਰ ਨੂੰ ਪਾਦੀ ਨੇ ਟੈਂਸ਼ਨ ਪਾ ਦਿੰਨੇ ਆ ਜਾ। ਆ ਗਈ ਆ ਗਈ। ਇਹ ਸਲਾਮ ਮਸ਼ਵਰੇ ਨਹੀਂ ਮੁਕਰਦੀ ਸ਼ੋਕਾ, ਹਾਈ ਤੇ ਲਾਈਟ ਨਹੀਂ ਗਈ। ਚਲੀਏ ਹੁਣ ਕੀ ਕੀ ਕਹਿੰਦੀ ਏ? ਕਹਿੰਦੀ ਜਾ ਰਹੇ ਹੋ? ਕਹਿੰਦੀ ਆਏ ਨਾ ਹੁਣੇ। ਇਹਨੂੰ ਬੁਲਾਉਣਾ ਸੋਨਾ, ਇਹਨੂੰ ਉੱਪਰ ਕਮਰੇ ਬੰਦ ਕਰ ਦੇਣਾ। ਮਾਮਾ ਜੀ ਵੇਖ, ਮਾਮਾ ਜੀ ਨੇ ਗੱਡੀ ਟੋਰ। ਤੁਸੀਂ ਕਿਹਨੇ ਜਾਣਾ? ਮੈਂ ਕੋਣ ਜਾਣਾ? ਓਕੇ ਚਲੋ ਚਲੋ ਅਦੇ ਆ ਆਏ। ਓਏ ਸਾਹਿਬ। ਹਾਂਜੀ ਪਾਓ ਨਾ, ਚੁੱਕ ਕੇ ਪਾਓ। ਪੈ ਗਿਆ ਨਹੀਂ ਪਿੱਛੇ ਲਿਆ, ਪਿੱਛੇ ਰਹਿਣ ਦੇ। ਕੋਈ ਗੱਲ ਨੀ, ਸਾਰਿਆਂ ਨੇ ਦੇਖਣਾ ਹੀ ਥੱਲੇ ਹੋ ਗਈ।
ਆਉਂਦੇ ਚਲ ਧਿਆਨ ਨਾਲ ਲੋ ਯਾਰ ਨੂੰ ਆ ਲੈਂਦੇ ਉਧਰ ਤੇਰੀ ਕੋਲੀ ਪਾਰੀ ਚਲੋ ਮੈਡਮ ਜੀ ਸਾਹਿਬ ਤੂੰ ਮੋਟਰਸਾਈਕਲ ਤੇ ਆ ਹਾਂ ਮੋਟਰਸਾਈਕਲ ਤੂੰ ਇਧਰ ਹੀ ਆ ਜਾ ਭਾਵੇਂ ਅੱਗੇ ਜਾ ਕੇ ਮੈਂ ਅੱਗੇ ਆਉਂ ਵਲੌਗ ਸਟਾਰਟ ਕਰਦਾ ਨਾ ਹਾਂ ਬੋਟੀ ਗੱਪੇ ਭਾਲ ਲਈ ਹੀ ਨਾ अज थो आना दस ओहो डिनर इधर वा खलो दुकाना दे अगे लग जांदी आ मोटरसाइकल मेहनत तू पहला ही आ गया ना घर दिख रहे तेरी घर दी पे पीछे जाता है बस ठीक ही सुना नहीं बाजे नु भी बुला लो भरा ओ छड़ ना घर दी ते ले आया ओ आ गया तू पीछे छड़ ना मामा आज तो तुझे दवा के कोने में बता दे अभी तो कितने काले इतना आ गया वाओ आ कितने किसी मंजे विचो निकल के आ गया थले मैं प्रमोशन बना देना उपर बड़ी मुश्किल ने उपर छड़े कुछ नहीं आया कुछ नहीं आया हां सब ओके पता गड्डी में बैठा करदी बैठ ही गया उसका वो ना गड्डी को बैक कर दे पहले मैं क्या आए थे घूम के सीधे हो गए एडी तोड़ जाना और फिर देख ले मुझे किंदे उधर उधर ना घूम के जाने मैं क्या बैक ही करके लाई गली में ना पता है नो 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 ऐसे ही गंदे
ਮੈਂ ਦੋ ਵਾਰੀ ਤੇਰੇ ਬੂਹੇ ਬਣਾ ਗਿਆ, ਦੋ ਤਿੰਨ ਵਾਰੀ ਸਵੇਰੇ ਪਹਿਲਾਂ ਗਿਆ, ਫਿਰ ਆਇਆ, ਫਿਰ ਗਿਆ, ਫਿਰ ਆਇਆ। ਫੋਨ ਕਰਨਾ ਸੀ, ਮੈਂ ਮਿਲ ਜਾਣਾ ਸੀ ਤੁਹਾਨੂੰ। ਮਾਜਾਂ ਡੈਡੀ ਮਾਰਦੇ, ਉੱਠ ਜਾ ਉੱਠ ਜਾ, ਹੁਣ ਬਸ ਨਿਕਲ ਜਾਂਦੀ ਤੇਰੀ। ਡੈਡੀ ਆਈ ਤੇ ਆਪਾਂ ਚੱਲ ਜਾਗੇ ਤੁੰਗਾ ਵਾਲੀ ਪੁਲੀ ਚ ਚੱਲ ਜਾਗੇ। ਮੈਨੂੰ ਇੰਨੀਆਂ ਆਵਾਜ਼ਾਂ ਮਾਰਨੀਆਂ ਇਹਨਾਂ ਨੇ, ਮੈਂ ਉੱਠਦੀ ਨੀ। ਅੱਜ ਕਿੱਦਾਂ ਉੱਠੀ? ਮੈਨੂੰ ਮਾਮੀ ਜੀ ਨੇ ਠਾਇਆ ਸੀ ਉੱਧਰ। ਖੌਫ ਹੈਗਾ ਇੰਨਾ ਕਿਤੇ ਤੇਰਾ ਪਰਸੋਂ ਹੈਗਾ ਵਾ। ਲੈ ਪਰਸੋਂ ਮੇਰਾ ਪੇਪਰ ਹੈਗਾ ਇਕਨੋਮਿਕਸ ਦਾ। ਪਾਸ ਆ ਤੂੰ? ਪਾਸ ਆ ਤੂੰ? ਪਰਸੋਂ ਪੇਪਰ ਆ, ਚੱਲ ਤੈਨੂੰ ਲੈਣ ਆਉਣਾ ਹੁੰਦਾ, ਇਹਨਾਂ ਵੀ ਲੈ ਜਾਂਗੇ, ਦੋਵਾਂ ਨੂੰ ਲੈ ਜਾਂਗੇ। ਹੁਣ ਜੋ ਤੱਕ ਮਾਮੀ ਜੀ ਤੈਨੂੰ ਆਦਤ ਪੈ ਗਈ, ਦੋ ਚਾਰ ਦਿਨ ਦੀ ਆਦਤ ਪੈ ਜਾਂਦੀ ਹੁੰਦੀ। ਨਹੀਂ ਪੈ ਜੂਗੀ, ਅਲਾਰਮ ਵੱਜੂਗਾ, ਉੱਠ ਜੂਗੀ। ਕਹਿੰਦੇ ਆਪਾਂ ਟਾਈਜ਼ਰ ਨੂੰ ਮਿਲਣਾ ਵਾ, ਮੈਂ ਕਿਹਾ ਚਲੋ ਮਿਲਾ ਦਿੰਦੇ ਹਾਂ। ਤੈਨੂੰ ਨੀ ਮਿਲਣਾ ਉਹਨੇ, ਤੂੰ ਪਿੱਛੇ ਹੋ, ਉਹਨੂੰ ਪਹਿਲਾਂ ਉਹਨਾਂ ਮਿਲ ਲੈਂਦੇ। ਰੋਗ ਪੈਂਦਾ ਸੀ।
ਚੁੱਪ ਕਰ ਮੇਕਅਪ ਖਰਾਬ ਹੋ ਜਾਣਾ ਫਿਰ ਤੋਂ ਐਡਾ ਮਹਿੰਗਾ ਮੇਕਅਪ ਕੀਤਾ ਤੂੰ ਚੱਲ ਬਾਅਦ ਚੁੱਪ ਕਰ ਹੁਣ ਆਪਣੀ ਘਰ ਦੀ ਚੁੱਪ ਕਰਾ ਹਾਂ ਪਹਿਲਾਂ ਉਹਨੂੰ ਤੇਰਾ ਪ੍ਰਾਂਤਾ ਫੜਿਆ ਹੋਇਆ ਉਹਨੇ ਉਹ ਤੇ ਗੱਲ ਇੰਨਾ ਬੜਾ ਵਾ ਲਮਾਰੀ ਵੇਖਣ ਦੀ ਵਿਖਾ ਸੀ ਹੈ ਕੀ ਇਹ ਚ ਖਲਾਰਾ ਵੀ ਪਿਆ ਸੀ ਮੈਂ ਲਾਇਆ ਸਾਹਿਬ ਮੇਰਾ ਰੁਮਾਲ ਵੀ ਨਾ ਘਰ ਨੀ ਰਿਹਾ ਜਿਬੇ ਚ ਪਿਆ ਹੋਣਾ ਘਰੇ ਰਹਿ ਗਿਆ ਰੁਮਾਲ ਰੁਮਾਲ ਘਰੇ ਰਹਿ ਗਿਆ ਤੇਰੀ ਅਲਮਾਰੀ ਤੇਰੀ ਆ ਮੇਰੀ ਗੱਲ ਸੁਣ ਆਵੇ ਆਵੇ ਮੇਕਅਪ ਖਰਾਬ ਹੋਇਆ ਨਾ ਤੇਰਾ ਆਵੇ ਲਾ ਕਾਲਾ ਕਾਲਾ ਹੋ ਗਿਆ ਸਾਰਾ ਦੋਨੇ ਗੁੰਨੋ ਨੋ ਟੁੰਨੋ ਨਹੀਂ ਗਣਾ ਚਲੋ ਬਾਹਰ ਉਹ ਵੀ ਪਾਣੀ ਦੂਜਾ ਵੀ ਹੈ ਬਾਹਰ ਆਇਆ ਅਲਮਾਰੀ ਵੇਕਰ ਹੋਈ ਜਾਂਦੀ ਇੱਥੇ ਹੀ ਆ ਕਿਤੇ ਨਹੀਂ ਜਾਂਦੀ ਪਹਿਲਾਂ ਇੰਨਾ ਖੌਫ ਹੈਗਾ ਤੇਰਾ ਇੰਨਾ ਖੌਫ ਹੀ ਤੇਰਾ ਇੰਜਰ ਨਾਨੀ ਦਾ ਇੱਥੇ ਸੌਣ ਨੂੰ ਜੀ ਨਹੀਂ ਕਰਦਾ ਉਹ ਜਿਹੜਾ ਮੇਰਾ ਕਾਲਾ ਜਿਹੜਾ ਮੇਰਾ ਕਾਲਾ ਲਫਾਫਾ ਨਹੀਂ ਹੈ ਜਿੱਚ ਮੇਰੇ ਕਰੀਮਾਂ ਪਈਆਂ ਉਹ ਤੇ ਮੇਰਾ ਕਰੀਮਾਂ ਲੱਗ ਜਾਂਦੀ ਚੱਲ ਆਏ ਮੇਰਾ ਰੱਬਾ ਚੱਲ ਉਹ ਖਾ ਲਾ ਨਾਨੀ ਦੇ ਕਮਰੇ 'ਚ ਨਹੀਂ ਸੁੱਤੇ ਨੀ ਦੇ ਚਲਾ ਹੋ ਗਿਆ ਚੱਲ ਹੁਣ ਬਹਿ ਜਾ ਬਾਹਰ ਉਹਦੇ ਨਾਲ ਕੀ ਹੁੰਦਾ ਆਣ ਕੇ ਤੂੰ ਵੀ ਖਾ ਲਾ ਤੂੰ ਵੀ ਖਾ ਲਾ ਕਿਉਂ ਰੋਈ ਸੀ ਚਟਨੀ ਚ ਮਿਰਚ ਲੱਗੀ ਸੀ ਤਾਂ ਕਰਕੇ ਅੱਛਾ ਸ਼ੋਅ ਨਹੀਂ ਨਾ ਕਰਨਾ ਸੀ ਫਿਰ ਚਟਨੀ ਨਹੀਂ ਇਧਰ ਦੀ ਤੇਲ ਠੀਕ ਆ ਤੇ ਤੀ ਦੇਖ ਲਿਓ ਠੀਕ ਆ ਇੱਕ ਇੱਧਰ ਫੋਟੋ ਦੇਖ ਲੈਂਦੇ ਜਫੀ ਪਾਉਣਾ ਹੁੰਦਾ
ਠੀਕ ਹੈ ਬੋਣੀ ਹੋ ਗਈ ਨਾ ਬੋਣੀ ਹੋ ਗਈ ਨਾ ਚੱਲ ਰਹਿਣ ਦੇ ਰਹਿਣ ਤੇ ਛੱਡ बैठने दो मिनट भी नहीं उधर गड्डी स्टार्ट होई बंद हो गई ਸਾਡਾ ਅੱਜ ਦਾ ਵਲੋਗ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ ਤੇ ਲਾਈਕ ਮੈਂ ਸ਼ੇਅਰ ਜੂ ਕਰਿਓ ਤੇ ਚੈਨਲ ਨੂੰ ਆ ਫੇਰੇ ਦਾ ਵਲੋਗ ਸੀ ਤੇ ਮੈਂ ਫੇਰਾ ਪਾ ਰਹੀ ਆ ਬਟ ਮੈਂ ਰਹਿਣ ਨਹੀਂ ਗਈ ਕਿਉਂਕਿ ਮੈਂ ਥੋੜੇ ਦਿਨ ਬਾਅਦ ਜਾਣਾ ਰਹਿਣ ਕਿਉਂਕਿ ਪੇਪਰ ਹੈਗੇ ਦੇ ਤਾਂ ਕਰਕੇ ਥੋੜਾ ਜਿਹਾ ਇਸ ਕਰਕੇ ਰਹਿਣ ਨਹੀਂ ਗਏ ਆਪਾਂ ਫੇਰ ਬਾਅਦ ਪੇਪਰ ਪੂਪਰ ਦੇ ਗਏ ਦੇ ਫੇਰ ਆਪਾਂ ਜਾਵਾਂਗੇ ਰਹਿਣ ਤੇ ਤੁਹਾਨੂੰ ਅਗਲਾ ਵਲੋਗ ਦੇਖਣ ਨੂੰ ਜਲਦੀ ਹੀ ਮਿਲੇਗਾ ਤੇ ਬਹੁਤ ਵਧੀਆ ਮਿਲੇਗਾ ਤੇ ਇਦਾਂ ਹੀ ਸਾਰੇ ਵਧੀਆ ਵਧੀਆ ਵਲੋਗਸ ਦੇਖਣ ਲਈ चैनल सब्सक्राइब कर लो ते बेल आइकन ओके बाय।